हाथ छोड़ दे बाबा, हाथ छोड़ दे, हाथ छोड़ा, हाथ छोड़ा, हाथ छोड़ा। नंगे ही पिया बापू बेचारा, बापू दिया शरीर दे बस हड्डियां दा पिंजर ही है, 30 किलो दा बस, होर कुछ नहीं बचा बेचारे को। बापू बच्चे किन्ने आ? भूखा में खत्म हो गया। हुण तां बुद्ध मारी पई आ कपल देव दी। इस टाइम यह विश्वकर्मा चौंक दे विच लुधियाणे पए सी बापू जी, बहुत माड़ी हालत च। बाबा जी क्या तकलीफ है आपको? हां बोल नहीं पा रहे अच्छी तरह, जहां कब के हो जहां पे दर्द हो रही है, बोल नहीं पा रहे पूरी तरह भाई, साल हो गए इत्थे रहने नु। अच्छा जी, मैं हाथ जोड़ के बेनती है कहना कोई गरीब बंदे का साथ दे बंदा वास्ते। चलो बाबा जी ठीक हो जाओगे आप। हां जी भाई जी, ए मिलरगंज आई थाना डिवीजन नंबर 6, ये विश्वकर्मा तो चो रह रहे जी, घट्टो घट्ट 2 साल हो गए जी रहदे नु उरे, ते इन्हां दा कोई देखभाल करने वाला है नहीं गा जी अगे पिछे, ते इन्हां दी कोई सेवा करने वाला भी है नहीं गा, बजुर्ग है गए जी इन्हां दी घट्टो घट्ट 65 साल की उम्र होनी है जी, ते इहदी हुण मनुखता दी सेवा सेंटर लै के चलने असीं हसनपुर, जिथे इहदी सेवा हो जावे ते इहदी देखभाल कीती जावे जी। हाँ जी, सत श्री अकाल भाई जी, तुसीं लै के आए पेशेंट जी? ठीक है, कित्थों लै के आंदा वीरे? विश्वकर्मा चौंक। ਵਿਸ਼ਕਰਮਾ ਚੌਂਕ ਤੋਂ ਕੀ ਦੱਸਦੇ ਬਾਪੂ ਜੀ? ਦੱਸਦੇ ਕੁਛ ਨਹੀਂ ਜੀ, ਪਹਿਲਾਂ ਤਾਂ ਚੰਗਾ ਪਰ ਤੁਰਦੇ ਫਿਰਦੇ ਸੀ। ਹਾਂਜੀ, ਚਾਹ ਮੰਗਦੇ ਸੀ, ਰੋਟੀ ਮੰਗਦੇ ਸੀ, ਜਿਹੜਾ ਉਹ ਕਹਿੰਦੇ ਸੀ ਦੇ ਦਿੰਦੇ ਸੀ, ਕਦੀ ਇਹ ਭਾਈ ਸਾਹਿਬ ਦੇ ਦਿੰਦੇ ਸੀ ਘਰੋਂ ਰੋਟੀ ਲਿਆ ਕੇ, ਕਦੀ ਕਿਸੇ ਨੂੰ ਕਹਿੰਦੇ ਚਾਹ ਪਿਆ ਦਿਓ, ਚਾਹ ਪਿਆ ਦੇਣੀ, ਤੁਰਦੇ ਸੀ ਖਾ ਰਹੇ ਸੀ। ਹੁਣ 20-22 ਦਿਨਾਂ ਤੋਂ ਜਮਾਂ ਹੀ ਤੁਰਨਾ ਹੀ ਬੰਦ ਕਰਤਾ, ਰੋਟੀ ਖਾਣੀ ਬੰਦ ਕਰਤੀ, ਫਿਰ ਭਾਅ ਜੀ ਸਵੇਰੇ ਜੂਸ ਲੈ ਕੇ ਦੇ ਦਿੰਦੇ ਨੇ, ਉਹ ਵੀ ਮਾੜਾ 2 ਚਮਚੇ ਪੀਂਦੇ ਨੇ, ਬਾਕੀ ਪਿਆ ਰਹਿੰਦਾ ਜੀ। ਤੇ ਇਹਨਾਂ ਦਾ ਕੋਈ ਅੱਗਾ ਪਿੱਛਾ ਕੋਈ ਹੈ ਨਹੀਂ, ਕੋਈ ਦੇਖ ਰੇਖ ਵਾਸਤੇ। ਪਹਿਲਾਂ ਕੀ ਕਰਦੇ ਸੀ ਉੱਥੇ? ਪਤਾ ਨਹੀਂ ਜੀ, ਸਾਨੂੰ 2 ਕੁ ਸਾਲਾਂ ਤੋਂ ਇਹ ਦੇਖ ਰਹੇ ਸੀ ਕਿ ਉੱਥੇ ਬਸ ਇੱਧਰ ਚਲੇ ਗਏ ਉੱਧਰ ਚਲੇ ਗਏ। 2 ਸਾਲਾਂ ਤੋਂ ਕੀ ਮੰਗਦੇ ਸੀਗੇ? ਨਹੀਂ ਨਹੀਂ, 2 ਸਾਲਾਂ ਪਹਿਲਾਂ ਪਿੰਡ 'ਚ ਲੱਗੇ ਸੀ ਆਪਣੇ, ਇਹ ਪਹਿਲਾਂ ਕਹਿੰਦੇ ਖੋਖਾ ਲਾਇਆ ਹੋਇਆ ਸੀ ਬਿਹਾਰ ਦੇ ਹੈਗੇ, ਅਸੀਂ ਆਧਾਰ ਕਾਰਡ 'ਤੇ ਇਹਨਾਂ ਲਿਖਿਆ ਹੋਇਆ, ਅਤੇ ਮੈਨੂੰ ਮਿਲੇ ਸੀ ਕਹਿੰਦੇ ਮੇਰਾ ਪਹਿਲਾਂ ਖੋਖਾ ਹੁੰਦਾ ਸੀ, ਚਾਹ ਮਤਲਬ ਚਾਹ ਦਾ ਅਤੇ ਪਾਣੀ ਪੂਣੀ ਦਾ, ਅਤੇ ਉਸ ਤੋਂ ਬਾਅਦ ਫਿਰ ਚਲਾ ਗਿਆ ਸੀ ਪਿੰਡ ਇਹ। ਪਿੰਡ ਤੋਂ ਬਾਅਦ ਕਹਿੰਦੇ ਮੇਰੇ ਬੱਚਿਆਂ ਨੂੰ ਲੜਾਈ ਲੜੂਈ ਹੋ ਗਈ, ਜੋ ਇਹਨੇ ਦੱਸਿਆ ਵੀ, ਉੱਥੋਂ ਫਿਰ ਮੈਂ ਵਾਪਸ ਲੁਧਿਆਣੇ ਆ ਗਿਆ, ਅਤੇ 2 ਸਾਲ ਤੋਂ ਦੇਖ ਰਿਹਾ ਸੀ ਸੋਟੀ ਨਾਲ ਤੁਰਦੇ ਸੀ ਇਹ, ਅਤੇ ਉੱਥੇ ਆ ਕੇ ਬਹਿੰਦੇ ਸੀ, ਇੱਥੇ ਆਟੋ ਖੜ੍ਹਦੇ ਸਾਡੇ ਵਿਸ਼ਕਰਮਾ ਚੌਂਕ, 5-6 ਮੁੰਡੇ ਹੈਗੇ ਅਸੀਂ ਆਟੋ ਵਾਲੇ, ਹੁਣ ਚਾਹ ਪਾਣੀ ਜਿਵੇਂ ਕਹਿੰਦਾ ਸੀ ਰੋਟੀ ਪਾਣੀ ਖਵਾਉਂਦੇ ਸੀ ਮੌਕੇ 'ਤੇ, ਸਵੇਰੇ ਟਾਈਮ ਹੁੰਦਾ ਸਾਡੇ ਕੋਲ 9-10 ਵਜੇ ਤੱਕ ਮਾਰਕੀਟ ਖੁੱਲ੍ਹ ਜਾਂਦੀ, ਫਿਰ ਗੇੜੇ ਗੋੜੇ ਲਾਉਣ ਚਲੇ ਜਾਈਦੇ, ਫਿਰ ਟਾਈਮ ਲੱਗਦਾ ਨਹੀਂ ਆ। ਹੁਣ ਮੂਹਰੇ ਸਰਦੀਆਂ ਆਉਂਦੀਆਂ ਪਈਆਂ ਨੇ, ਮੈਂ ਕਿਹਾ ਵੀ ਬਜ਼ੁਰਗ ਸਰੀਰ ਆ ਔਖਾ ਹੋ ਜਾਣਾ ਆ। ਬੱਚੇ ਕਿੰਨੇ ਦੱਸਦੇ? ਬੱਚੇ ਨਹੀਂ ਕੁਝ ਦੱਸੇ ਇਹਨਾਂ ਨੇ। ਬਾਪੂ ਬੱਚੇ ਕਿੰਨੇ ਆ? ਨਮਸਤੇ। ਹੈ ਬੱਚੇ ਤਾਂ ਬਹੁਤ ਸਾਲ ਕੀ ਕੋ ਨਹੀਂ ਬਚਾ, ਕੋਈ ਨਹੀਂ, ਸਭ ਖਤਮ ਹੋ ਗਿਆ, ਸਭ ਖਤਮ ਹੋ ਗਿਆ, ਬਾਕੀ ਬੱਚੇ ਹੋ ਤਾਂ ਹੈ। ਹੈ ਭੂਕਮ ਮੈਂ ਸਾਰੇ ਖਤਮ ਹੋ ਗਏ, ਭੂਕਮ ਮੈਂ ਖਤਮ ਹੋ ਗਿਆ। ਤੁਹਾਡਾ ਨਾਮ ਕੀ ਹੈ ਬਾਬਾ? ਨਾਮ ਕਪਿਲ ਦੇਵ। ਹੈ ਕਪਿਲ ਦੇਵ? ਕਪਿਲ ਦੇਵ ਜੀ। ਠੀਕ, ਕਪਿਲ ਦੇਵ ਬਾਬਾ ਕੀ ਕੰਮ ਕਰਤੇ ਤੇ ਤੁਮ? ਖੋਖਾ ਥਾ ਹੈ ਬਾਬਾ? ਪਹਿਲੇ ਚਾਹ ਕਾ ਖੋਖਾ ਥਾ? ਚਾਹ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਤਾਂ ਬੁੱਧ ਮਾਰੀ ਪਈ ਆ ਕਪਿਲ ਦੇਵ ਦੀ, ਸੁੱਜੀ ਖਤਮ ਹੋਈ ਪਈ ਆ ਕਪਿਲ ਦੇਵ ਦੀ, ਸਰੀਰਕ ਸ਼ਮਤਾ ਬਿਲਕੁਲ ਮਾਈਨਸ ਦੇ ਵਿੱਚ ਜਾ ਚੁੱਕੀ ਹੈ ਕਪਿਲ ਦੇਵ ਜੀ ਦੀ। ਕਿਸੇ ਟਾਈਮ ਇਹ ਪੰਜਾਬ ਦੇ ਵਿੱਚ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਪਹੁੰਚਿਆ ਹੋਊ, ਆਪਣੇ ਪੰਜਾਬ ਦੇ ਵਿੱਚ ਆ ਕੇ ਬੱਚਿਆਂ ਦੀ ਬਿਹਤਰੀ ਵਾਸਤੇ ਮਿਹਨਤ ਕਰਨ ਵਾਸਤੇ ਆ ਕੇ ਕਪਿਲ ਦੇਵ ਨੇ ਬਥੇਰੇ ਕੰਮ ਕੀਤੇ ਹੋਣੇ ਆ, ਦਿਹਾੜੀ ਕੀਤੀ ਹੋਣੀ ਆ, ਪਾਪੜ ਵੇਲੇ ਹੋਣੇ ਆ, ਚਾਹ ਦੀ ਰੇਹੜੀ ਲਾਉਂਦੇ ਸੀ ਦੱਸਦੇ ਆ ਭਾਈ ਹੁਣੀ ਜਿਵੇਂ ਉੱਥੇ। ਪਰ ਅੱਜ ਵਕਤ ਇਸ ਕਦਰ ਉਲਟੇ ਚੱਕਰ 'ਤੇ ਚੱਲ ਰਿਹਾ, ਮੂੰਹ ਦੇ ਵਿੱਚ ਪਾਣੀ ਦਾ ਘੁੱਟ ਵੀ ਨਹੀਂ ਪੈ ਰਿਹਾ ਅਤੇ ਨਾ ਹੀ ਕੋਈ ਪਾਉਣ ਵਾਲਾ ਵਾ। ਬੱਚੇ ਆ, ਬਿਹਾਰ ਦਾ ਰਹਿਣ ਵਾਲਾ ਵਾ ਕਪਿਲ ਦੇਵ ਜੀ, ਬਿਹਾਰ ਦੇ ਰਹਿਣ ਵਾਲੇ ਨੇ, ਬੱਚੇ ਵੀ ਨੇ, ਬੱਚਿਆਂ ਦੇ ਨਾਲ
गया थी मिलन नाराज नरूज होके कपल देव तांती नाम है कपल देव तांती पिंड का नाम है जी पहर चक पहाई चक बेगूसराय बिहार वार्ड नंबर 17-27 ते कपल देव तांती सन ऑफ सूरज तांती इस टाइम यह विश्वकर्मा चौंक के लुधियाने पे थी बापू जी बहुत माड़ी हालत च उतों सानू फोन आए हाथ देखो तुसी किवें टॉयलेट नाल लिबड़े हुए ने उन्हां हत्थां नाल ही माल मूत्र हत्थां नूं लगी जांदा उन्हां हत्थां नाल ही कोई माड़ा मोटा चाह ब्रैड दे दिंदा खा लैंदा बेचारा हुण परदेसी अपने सवासां दी पूंजी नूं किवें ना किवें इकट्ठी करके उत्थे बैठा पूरा करी जांदा धन्नवाद आ बाई हुण की नाम तुहाडा बाई बलजिंदर सिंह थोड़ा भाई कुलविंदर सिंह बलजिंदर सिंह ते कुलविंदर सिंह आटो दे विच पा के लैके आए ने ये उत्थे आटो चलाउंदे ने बाई हुणी होई दसदे पिछले दो सालां तो पहलां तां ठीक सीगा तुरिया फिरदा सी वापस पिंड च लै गया सी अपने बच्चियां कोले क्योंकि इत्थों कमाईयां कर करके पहलां बच्चियां नूं पालिया पढ़ाया ब्याया हुण जदों उम्मीद दे नाल गया सी वापस पिंड वी चल बच्चे मैनूं सांभणगे ते बच्चियां ने सांभण तों इनकारी करती ये वापस आ गया गुस्सा खा के उत्थों हुण इत्थे आ के बीमार हो गया हुण ना तां कोई अपना ते ना कोई अपना कहण वाला वा भी बापू क्यों की गल हो गई तैनू ते फिर धन्नवाद आ बलिंदर होणा दा जिन्हां ने वीर होणा ने अपना समझदिआं बापू नूं चाह पाणी रोटी पाणी किवें ना किवें खवाई जांदे सीगे हुण तां पिछले करीब एक महीने तों वीरे होणी दसदे आ रोटी पाणी भी छड्ड गया ਬਸ ਚਾਹ ਮਾੜਾ ਮੋਟਾ ਜੂਸ ਹੀ ਪੀਂਦਾ ਬਾਪੂ ਅਤੇ ਅੱਜ ਇਹ ਸੁਪਨਿਆਂ ਦੇ ਘਰ ਲੈ ਕੇ ਆਇਆ ਕਿਉਂਕਿ ਸਾਨੂੰ ਕਾਲਾਂ ਆਈਆਂ ਸੀ ਵੀਡੀਓ ਭੇਜ ਰਹੇ ਸੀ ਵੀਰ ਹੁਣੀ ਸਾਡੇ ਮਾਤਾ ਜੀ ਨੇ ਦਵਿੰਦਰ ਕੌਰ ਖਰਾਣਾ ਜੀ ਉਹਨਾਂ ਦਾ ਵੀ ਸਾਨੂੰ ਕਾਲ ਆਇਆ ਸੀਗਾ ਸਾਡੇ ਤੋਂ ਜਾ ਨਹੀਂ ਸੀ ਹੋ ਪਾ ਰਿਹਾ ਕੁਛ ਰੁਝੇਵੇਂ ਸੀਗੇ ਅਤੇ ਫਿਰ ਵੀਰੇ ਉਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਵੀ ਲੈ ਕੇ ਆ ਜਾਓ ਇੱਥੇ ਸਾਡੇ ਕੋਲ ਵੀ ਕੋਈ ਗੱਲ ਨਹੀਂ ਆਪਾਂ ਇੱਥੇ ਆਇਆਂ ਦੀ ਬਾਪੂ ਦੀ ਜੋ ਵੀ ਅਸੀਂ ਸੇਵਾ ਕਰ ਸਕਾਂਗੇ ਅਸੀਂ ਜ਼ਰੂਰ ਕਰਾਂਗੇ ਅਤੇ ਹੁਣ ਅਸੀਂ ਕਪਲ ਦੇਵ ਤਾਂਤੀ ਜੀ ਨੂੰ ਦਾਖਲ ਕਰਨ ਲੱਗੇ ਹਾਂ ਸੁਪਨਿਆਂ ਦੇ ਘਰ ਹਸਪਤਾਲ ਦੇ ਵਿੱਚ ਜੇ ਕੋਈ ਪਹਿਚਾਣਦਾ ਉਹ ਵੀ ਸੰਪਰਕ ਕਰਿਓ ਸ਼ੇਅਰ ਕਰਿਓ ਵੀਡੀਓ ਜਿਹੜਾ ਕੋਈ ਨਹੀਂ ਪਹਿਚਾਣਦਾ ਉਹ ਪਹਿਚਾਣ ਲਵੇ ਬਾਪੂ ਦੇ ਆਪਾਂ ਪਰਿਵਾਰ ਤੱਕਰ ਘਰ ਤੱਕਰ ਪਹੁੰਚ ਕਰ ਸਕੀਏ ਬਾਪੂ ਆਪਣਿਆਂ ਤੱਕਰ ਪਹੁੰਚ ਕਰ ਸਕੇ ਚੱਕੋ ਕਾਕਾ ਕਰੋ ਸਟੇਚਰ 'ਤੇ ਪਾਓ ਹਾਂ ਕੰਬਲ ਖਿੱਚ ਲਓ ਜੀ ਆਹ ਉੱਪਰ ਲੱਗ ਟੁੱਟ ਜਾਣਾ ਪਰ ਇਹ ਫਿਰ ਕੋਈ ਨਹੀਂ ਨਹੀਂ ਬਾਪੂ ਨੂੰ ਚੱਕ ਲਓ ਮੁੰਡੇ ਨੂੰ ਹੱਥ ਪਾ ਕੇ ਖਿੱਚੋ ਹੱਥ ਪਾਓ ਆ ਕੇ ਕਹਾਂ ਕਾਕਾ ਕਹਿਣਾ ਇੱਕ ਮਿੰਟ ਬਾਪੂ ਹੱਥ ਨਹੀਂ ਕਿਸੇ ਕੋ ਪਾਉਣਾ ਹੱਥ ਨਹੀਂ ਪਾ ਹਾਂ ਨਿਕਾਲਦਾ ਹੱਥ ਨਹੀਂ ਪਾਉਣਾ ਹੱਥ ਛੋੜ ਦੇ ਬਾਬਾ ਹੱਥ ਛੋੜ ਦੇ ਹੱਥ ਛੜਾ ਹੱਥ ਛੜਾ ਹੱਥ ਛੜਾ ਗਿੱਟਾ ਨਹੀਂ ਤੂੰ ਗਿੱਲੇ ਨਹੀਂ ਦੇ ਤੇਰੇ ਕੋ ਮਰ ਗਿਆ ਉਹ ਨਹੀਂ ਗਿੰਨੇ ਆਪਣੀ ਜ਼ਿੰਦਗੀ ਬਣ ਜਾਏਗੀ ਯਾਰ ਨੰਗਾ ਹੀ ਪਿਆ ਬਾਪੂ ਵਿਚਾਰਾ ਬਾਪੂ ਦੀਆਂ ਸਰੀਰ ਦੇ ਬਸ ਹੱਡੀਆਂ ਦਾ ਪਿੰਜਰ ਹੀ ਆ 30 ਕਿਲੋ ਦਾ ਬਸ ਹੋਰ ਕੁਛ ਨਹੀਂ ਬਚਿਆ ਵਿਚਾਰੇ ਕੋਲ ਕਪਿਲ ਦੇਵ ਬਾਬਾ ਘਰ ਪੇ ਫੋਨ ਫੋਨ ਕਰੇਂਗੇ ਕਹੀਂ ਹੈ ਨੰਬਰ ਵੰਬਰ ਕਿਸੇ ਕਾ ਘਰ ਪੇ ਫੋਨ ਘਰ ਪੇ ਕੌਣ ਹੈ ਹੁਣ ਤਾਂ ਕੁਛ ਨਹੀਂ ਦੱਸਣ ਜੋਗਾ ਹੋਰ ਹੀ ਬਸ ਗੱਲਾਂ ਕਰੀ ਜਾਂਦਾ ਸਮਝ ਨਹੀਂ ਆ ਰਹੀ ਕੀ ਕਹਿ ਰਿਹਾ ਬਾਪੂ ਪਰ ਸ਼ੇਅਰ ਕਰਿਓ ਅਤੇ ਦੁਆ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਬਲਿੰਦਰ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ